ਡੈਡੀ ਮੇਰੇ ਤੋਂ ਨਹੀਂ ਥੱਲੇ ਬਹਿ ਕੇ ਧਾਰਾਂ ਨਿਕਲਦੀਆਂ, ਗੋਡੇ ਦੁਖਦੇ ਆ ਮੇਰੇ, ਆਪੇ ਕੱਢ ਲਓ। ਜੇ ਤੇਰੇ ਗੋਡੇ ਦੁਖਦੇ ਤਾਂ ਮੱਝ ਨੂੰ ਬੇਨਤੀ ਕਰਾਂ ਬਈ ਉਹ ਗੋਡਿਆਂ ਪਰ ਬਹਿ ਕੇ ਦੁੱਧ ਦੇਵੇ ਤੈਨੂੰ। ਨਾ ਕੰਮ ਵੇਲੇ ਤੇਰੇ ਹੱਡ ਗੋਡੇ ਦੁਖਣ ਲੱਗ ਜਾਂਦੇ ਆ, ਉਹ ਸਾਰਾ ਦਿਨ ਚਿੰਦਾਲ ਚੌਂਕੜੀ ਦੇ ਨਾਲ ਕੌਲੇ ਕੱਸਦਾ ਰਹਿੰਦਾ, ਉਦੋਂ ਨਹੀਂ ਤੇਰਾ ਕੁਛ ਦੁਖਦਾ। ਆ ਗਏ ਮੰਮੀ ਜੀ, ਮੈਂ ਵੀ ਸੋਚੀ ਜਾਂਦਾ ਵੀ ਮੈਨੂੰ ਬੇਇੱਜ਼ਤੀ ਮਹਿਸੂਸ ਕਿਉਂ ਨਹੀਂ ਹੋ ਰਹੀ, ਆਖਿਰ ਘਾਟ ਕਿਸ ਚੀਜ਼ ਦੀ ਹੈ? ਛਿੱਤਰਾਂ ਦੀ ਘਾਟ ਹੈ ਤੈਨੂੰ, ਕੱਲੀਆਂ ਗਾਲਾਂ ਨਾਲ ਤੇਰਾ ਕੀ ਬਣਦਾ। ਨਾ ਤੁਸੀਂ ਦੋਨਾਂ ਨੇ ਸਕੀਮ ਲਾ ਕੇ ਜੰਮਿਆ ਮੈਨੂੰ ਵੀ ਕਿਹੋ ਜਿਹਾ ਮੁੰਡਾ ਜੰਮੀਏ ਜਿਹਦੀ ਦਿੜਾ ਦੱਬ ਕੇ ਬੇਇੱਜ਼ਤੀ ਕਰੀਏ, ਕਿਵੇਂ ਮੋਢੇ ਨਾਲ ਮੋਢਾ ਲਾ ਕੇ ਮੈਨੂੰ ਜਲੀਲ ਕਰਨ ਲੱਗੇ ਹੋ। ਜੇ ਇੰਨੀ ਮਿਹਨਤ ਮੇਰੇ ਵਿਆਹ ਤੇ ਕੀਤੀ ਹੁੰਦੀ ਹੁਣ ਮੈਂ ਜਵਾਕ ਜੱਲੇ ਵਾਲਾ ਹੁੰਦਾ। ਉਹ ਜਵਾਕ ਜੱਲਿਆਂ ਨੂੰ ਤੂੰ ਵੇਲੜ ਖਵਾਉਂਦਾ ਕੀ ਕੱਦੂ? ਤੁਸੀਂ ਬੜਾ ਮੈਨੂੰ ਸ਼ਾਹੀ ਪਨੀਰ ਦੇ ਦੇ ਕੇ ਤੋੜਦੇ ਸੀ ਸਕੂਲਾਂ ਨੂੰ, ਉਹ ਮੈਂ ਤਾਂ ਨਾਲ ਦੇ ਜਵਾਕਾਂ ਦੀਆਂ ਸਲੇਟੀਆਂ ਖਾ ਖਾ ਕੇ ਪੰਜਵੀਂ ਪੂਰੀ ਕੀਤੀ ਹੈ। ਹੁਣ ਗਾਲਾਂ ਖਾ ਕੇ ਜੂਨ ਪੂਰੀ ਕਰੇਗਾ ਤੂੰ? ਸ਼ਾਬਾਸ਼ ਮੇਰੀ ਜੂਨ ਪੂਰੀ ਕਰਿਓ, ਸਿਵਿਆ ਚੰਦ ਆਪ ਨਾ ਪੂਰੇ ਹੋਇਓ। ਓ ਰਾਣੀਏ ਆ ਦੇਖ ਲੈ ਇਹਨਾਂ ਲੈ ਕੇ ਔਲਾਦ ਕੀ ਭੁੱਖ ਰਹੀ ਹੈ। ਮੈਂ ਆਪਣੇ ਪਿਓ ਦੇ ਅੱਗੇ ਕਦੇ ਮੂੰਹ ਨਹੀਂ ਸੀ ਖੋਲਿਆ। ਦੱਦ ਦਾ ਸਿਰ ਪੜ ਕੇ ਤਾਂ ਪੈਲੀ ਨੌ ਲਵਾਈ ਸੀ, ਸਾਰਾ ਪਿੰਡ ਜਾਣਦਾ ਮੂੰਹ ਕੀ ਖੋਲਣਾ ਜਦ ਦੱਦ ਦਾ ਸਿਰ ਹੀ ਖੋਲਦਾ। ਪਿਓ ਦਾ ਤਾਂ ਨਹੀਂ ਮੈਂ ਸਿਰ ਖੋਲਿਆ, ਪਰ ਅੱਜ ਮੈਂ ਤੇਰਾ ਸਿਰ ਜ਼ਰੂਰ ਖੋਲਦਾਗਾ। ਖੜ ਜਾ ਮੈਨੂੰ ਕਿੱਲਾ ਪੱਟ ਲੈਣ ਦੇ। ਓ ਜਾਣ ਦੋ ਡੈਡੀ, ਮੈਂ ਜਾਣਦਾ ਤੁਹਾਨੂੰ ਵੱਡੇ ਸਨੀ ਦਿਓਲ ਨੂੰ, ਐਵੇਂ ਕੋਈ ਨਾੜ ਨਾ ਚੜਾ ਲਿਓ। ਓ ਰਾਣੀਏ ਖਰੀਦ ਲਿਆ ਕੋਈ ਲੱਭ ਕੇ, ਅੱਜ ਮੈਂ ਇਹਦਾ ਸਿਰ ਪੜ ਨਹੀਂ ਪੜਨਾ। ਪਹਿਲਾਂ ਤਾਂ ਇੱਕ ਜਣਾ ਇਹਨੂੰ ਇੱਟ ਲੱਭ ਕੇ ਦੇਣ ਵਾਲਾ ਚਾਹੀਦਾ, ਤਾਂ ਇਹ ਕਿਸੇ ਦਾ ਸਿਰ ਪਾੜੂ। ਨਾ ਤੂੰ ਆਪਦੀ ਲਾਦ ਨਾਲੋਂ ਘੱਟ ਆਲਸੀ ਆ, ਜਿਹੋ ਜੀ ਕੋਕੋ ਉਹੋ ਜਿਹੇ ਕੋਕੋ ਦੇ ਬੱਚੇ। ਵੇ ਕੁੜੀ ਵਾਲਿਆਂ ਨੇ ਜਾਣਾ, ਘੱਟੋ ਘੱਟ ਉਹਨਾਂ ਨੂੰ ਫੋਨ ਕਰਕੇ ਕੱਲ ਦਾ ਟਾਈਮ ਤਾਂ ਪੁੱਛ ਲੈ। ਪੁੱਛਦਾ ਲਿਆ ਫੋਨ ਫੜਾ ਫਿਰ ਮੈਨੂੰ। ਮੇਰਾ ਤਾਂ ਜੀ ਕਰਦਾ ਨਾ ਮੈਂ ਤੈਨੂੰ ਹੀ ਫੜਾ ਦਿਆਂ ਕਿਸੇ ਨੂੰ, ਸਾਰਾ ਦਿਨ ਵਿਹਲਾ ਮੰਜੇ ਤੋੜਨ ਨੂੰ। ਇਹ ਸ਼ੁਰੂ ਮੁੰਡੇ ਤੋਂ ਹੁੰਦੀ ਹੈ, ਫਿਰ ਬਾਅਦ ਵਿੱਚ ਚਾਰੇ ਪੈਰ ਚੱਕ ਕੇ ਪੈ ਮੈਨੂੰ ਜਾਂਦੀ ਹੈ, ਇਹ ਤਾਂ ਪਤਾ ਹੀ ਨਹੀਂ ਲੱਗਦਾ। ਓ ਡੈਡੀ ਓ ਆ ਜਾਓ ਹੁਣ ਹੰਸਾ ਦੀ ਜੋੜੀ, ਪਹਿਲੇ ਲੇਟ ਆਪਾਂ। ਤੈਨੂੰ ਬੜੀ ਕਾਹਲੀ ਹੈ ਕੁੜੀ ਵਾਲਿਆਂ ਤੋਂ ਨਾ ਸੁਣਨ ਦੀ, ਜਵਾਬ ਹੀ ਸੁਣਨਾ ਹੈ, ਥੋੜਾ ਲੇਟ ਸੁਣ ਲਾਂਗੇ। ਓ ਡੈਡੀ ਰੱਬ ਨੇ ਏਡਾ ਵੱਡਾ ਮੂੰਹ ਦਿੱਤਾ, ਗੱਲਾਂ ਫਿੱਟੇ ਮੂੰਹ ਵਾਲੀਆਂ। ਪੁੱਤ ਬੈਠ ਤੂੰ ਅੰਦਰ, ਅੱਜ ਰਿਸ਼ਤੇ ਨੂੰ ਹਾਂ ਹੋਣੀ ਹੋਈ ਹੈ। ਰਾਤ ਨਾ ਪੁੱਤ ਮੈਂ ਇੱਕ ਸੁਪਨਾ ਦੇਖਿਆ, ਮੈਂ ਬਾਹਲੀ ਸੋਹਣੇ ਕਾਕੇ ਨੂੰ ਗੋਦੀ 'ਚ ਖੜਾਈ ਜਾਂਦੀ ਹੈ। ਜੇ ਕਾਕਾ ਸੋਹਣਾ ਸੀ ਫਿਰ ਇੱਦਾਂ ਨਹੀਂ ਹੋਣਾ, ਇਹ ਤਾਂ ਸੋਹਣੇ ਬੱਚੇ ਦੀ ਉਮੀਦ ਨਾ ਰੱਖੀ। ਨਾ ਦਾਦਾ ਜੀ ਨੂੰ ਕਿਹੜਾ ਤੁਹਾਡੇ ਤੋਂ ਉਮੀਦ ਸੀ, ਫਿਰ ਵੀ ਮੈਂ ਸੋਹਣਾ ਹੋਇਆ ਕਿ ਨਹੀਂ? ਤੂੰ ਮੇਰੇ ਤੇ ਗਿਆ ਤਾਂ ਤੂੰ ਸੋਹਣਾ, ਜੇ ਆਪਦੇ ਪਿਓ ਤੇ ਗਿਆ ਹੁੰਦਾ ਨਾ ਤੈਨੂੰ ਜਾਂਦੇ ਨਹੀਂ ਹਸਤਾ ਛੱਡਿਆ। ਹੋਰ ਘਰ ਲੱਭਣ ਚ ਕੋਈ ਤਕਲੀਫ ਤਾਂ ਨੀ ਹੋਈ ਜੀ? ਨਾ ਜੀ ਨਾ ਸਰਦਾਰ ਜੀ, ਜਮਾ ਨੀ। ਪਾਣੀ ਲਓ। ਬਸ ਰੱਖਦੇ ਕਾਕਾ, ਪਹਿਲਾਂ ਇਹ ਦੱਸੋ ਵੀ ਕੀ ਲਓਗੇ? ਲੈਣ ਦੇਣ ਦੀ ਗੱਲ ਫੇਰ ਨਾ ਕਰੀਏ, ਪਹਿਲਾਂ ਕੁੜੀ ਦੇਖ ਲਈਏ। ਚਾਹ ਪਾਣੀ ਦੀ ਗੱਲ ਕਰਦਾ ਜੀ। ਚਾਹ ਪਾਣੀ ਤਾਂ ਕੀ ਹੁੰਦਾ, ਲੈ ਲਾਂਗੇ। ਇਹ ਸਾਡਾ ਮੁੰਡਾ ਹੈ ਜੀ ਪ੍ਰਗਟ, ਕੱਲਾ ਕੱਲਾ ਪੁੱਤ ਹੈ ਮੇਰਾ, ਸਾਡੇ ਕੋਲ ਤਾਂ ਜੋ ਕੁਛ ਵੀ ਹੈ ਇਸੇ ਦਾ ਹੀ ਹੈ। ਕਾਕਾ ਜੀ ਕੰਮ ਕੀ ਕਰਦੇ ਹੋ ਤੁਸੀਂ? ਮੈਂ ਜੋ ਮੰਮੀ ਡੈਡੀ ਕੰਮ ਕਹਿੰਦੇ ਨੇ ਜੀ ਉਹੀ ਕਰ ਦਿੰਦਾ, ਵੈਸੇ ਖੇਤੀਬਾੜੀ ਕਰਦਾ ਜੀ। ਭਾਜੀ ਮੁੰਡਾ ਤੁਹਾਡਾ ਸਾਡੇ ਦਿਲ ਨੂੰ ਲੱਗ ਗਿਆ। ਲਓ ਜੀ ਪ੍ਰੀਤ ਵੀ ਆ ਗਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੁੱਤ ਜੀ, ਆਉਂਦੀ ਰਹੇ। ਚੱਕਲਾ ਚੱਕਲਾ। ਓ ਤੂੰ ਤੂੰ ਹਲੇ ਤਾਂ ਕੁੜੀਆਂ ਹੀ ਵੇਖਦਾ ਫਿਰਦਾ? ਲੋ ਗੁੜੀਆਂ ਕਾਕੇ ਨੂੰ ਜਾਣਦੀ ਹੈ, ਇਹ ਤਾਂ ਬੜੀ ਚੰਗੀ ਗੱਲ ਹੈ। ਬਹੁਤ ਚੰਗੀ ਤਰ੍ਹਾਂ ਜਾਣਦੀ ਅੰਕਲ ਜੀ,
ਇਹਨੇ ਭੋਲੀ ਨੂੰ ਛੱਤ ਤੇ ਬੁਲਾ ਕੇ ਧੋਖਾ ਦਿੱਤਾ ਸੀ। ਵੀਰ ਜੀ ਇਹਨਾਂ ਨੂੰ ਹੁਣੀ ਘਰੋਂ ਕੱਢੋ। ਇਹਨੇ ਭੋਲੀ ਨੂੰ ਧੋਖਾ ਵੀ ਦਿੱਤਾ ਸੀ ਤੇ ਪੰਚਾਇਤ 'ਚ ਉਹਦੇ ਨਾਲ ਵਿਆਹ ਕਰਾਉਣ ਤੋਂ ਵੀ ਮੁੱਕਰ ਗਿਆ ਸੀ। ਚਲੋ ਜੀ ਚੰਗਾ ਜੀ ਸਰਦਾਰ ਜੀ ਚੱਲਦੇ ਲੇਟ ਹੋਵਾਂਗੇ। ਚਲੋ ਸਤਿ ਸ੍ਰੀ ਅਕਾਲ ਭਾਈ। ਉੱਤਰੋ ਹੁਣ ਤੇਲ ਚੋਵਾਂ। ਤੇਲ ਚੋਣਾ ਤੇਰੇ ਕਰਮਾਂ ਚ ਨਹੀਂ ਹੈ, ਤੂੰ ਚੱਲ ਕੇ ਮੱਝਾਂ ਚੋ। ਬੇ ਪੁੱਤ ਓਨਾ ਖਰਚਣਾ ਤੇਰੇ ਵਿਆਹ ਤੇ ਨਹੀਂ ਹੋਣਾ ਜਿੰਨਾ ਤੇਰੀ ਦੇਖ ਦਿਖਾਈ ਤੇ ਹੋ ਗਿਆ। ਬੇ ਪੁੱਤ ਜੇ ਭੋਲੀ ਨਾਲ ਤੇਰੀ ਕੋਈ ਗੱਲਬਾਤ ਸੀ ਤੂੰ ਉਹਦੇ ਨਾਲ ਵਿਆਹ ਕਰਾ ਲੈਂਦਾ। ਦੇਖ ਕਾਲੇ ਨੇ ਭੋਲੀ ਨਾਲ ਵਿਆਹ ਕੀਤਾ, ਹੁਣ 5 ਸਾਲ ਦੀ ਕੁੜੀ ਹੈ ਉਹਦੀ ਕੁੱਛੜ। ਜੇ ਤੂੰ ਪੰਚਾਇਤ ਚ ਨਾ ਕਰਦਾ ਤਾਂ ਉਹ ਕੁੜੀ ਤੇਰੀ ਹੋਣੀ ਸੀ। ਉਹ ਕੁੜੀ ਫੇਰ ਵੀ ਕਾਲੇ ਦੀ ਹੋਣੀ ਸੀ। ਉਹ ਬਾਬਾ ਗੁਰੂ ਮੈਂ ਦੱਸੀ ਤਾਂ ਜਾਣਾ ਉਦੋਂ ਛੱਤ ਤੇ ਮੈਂ ਨੀ ਕਾਲਾ ਸੀ। ਹੱਦ ਹੋ ਗਈ ਤੁਹਾਡੇ ਵਾਲੀ ਯਾਰ, ਤੁਰ ਪਿਆ। ਓਏ ਚੱਲ ਪਿਆ ਵਾਰਾ ਕਰਦਾ ਕੋਲ, ਉਹ ਆਪ ਤਾਂ ਛੜੇ ਉਹਨਾਂ ਨਾਲ ਫਿਰੇਗਾ, ਤੈਨੂੰ ਵੀ ਕਿਸੇ ਨੇ ਕੁੜੀ ਨੀ ਦੇਣੀ। ਤੁਸੀਂ ਕੁੜੀ ਲੱਭ ਕੇ ਦੋ ਯਾਰ ਦੋਸਤਾ, ਕੀ ਮੈਂ ਤਾਂ ਮਾਂ ਬਾਪ ਵੀ ਛੱਡ ਦੂੰ। ਛੱਡੂ ਵੀ ਇਹੋ ਜਿਹੇ ਜੰਗਲਾਂ 'ਚ ਜਿੱਥੋਂ ਮੁੜ ਕੇ ਵਾਪਸ ਨਾ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੁੰਡਾ ਤਾਂ ਸੋਹਣਾ ਸੁਨੱਖਾ ਹੈ ਪਰ ਉਮਰ ਦਾ ਪੱਕਾ ਲੱਗਦਾ। ਨਾ ਨਾ ਭੈਣ ਜੀ, ਉਮਰ ਤਾਂ ਇਹਦੀ ਕੋਈ ਖਾਸ ਨਹੀਂ, ਬਸ ਪਿੱਛੇ ਜੇ ਇਹਨੂੰ ਪੀਲੀਆ ਹੋ ਗਿਆ ਸੀ ਤਾਂ ਹੀ ਕਮਜ਼ੋਰ ਜਿਹਾ ਲੱਗਦਾ। ਜੇ ਮੈਂ ਗਲਤ ਨਾ ਹੋਵਾਂ ਤਾਂ ਪਿਛਲੇ ਮਹੀਨੇ ਪਿੰਡ ਬਾਹਰ ਦੇ ਕੇ ਤੁਸੀਂ ਕੁੜੀ ਨੂੰ ਦੇਖਣ ਆਏ ਸੀ? ਹਾਂਜੀ ਹਾਂਜੀ, ਅਸੀਂ ਗਏ ਸੀ ਜੀ ਬਰਾੜਾਂ ਦੇ, ਪਰ ਗੱਲ ਬਣੀ ਨਹੀਂ। ਕੁੜੀ ਦਾ ਨਾ ਜਾਣੀ ਦੀ ਮੂਹਰਲਾ ਦੰਦ ਉੱਚਾ ਸੀ। ਦੰਦ ਉੱਚਾ ਨਹੀਂ ਸੀ, ਤੁਹਾਡਾ ਮੁੰਡਾ ਹੀ ਲੁੱਚਾ ਸੀ। ਉਹ ਕੁੜੀ ਸਾਡੀ ਰਿਸ਼ਤੇਦਾਰੀ ਚੋਂ ਹੀ ਹੈ। ਮੰਮੀ ਤਾਂ ਫੇਰ ਵੀ ਹੌਸਲਾ ਵਧਾਉਂਦੀ ਰਹੀ ਪਰ ਡੈਡੀ ਸਿਰਫ ਫੈਸਲਾ ਸੁਣਾਉਂਦਾ ਰਿਹਾ। ਮੁੰਨੀ ਤੋਂ ਵੱਧ ਬਦਨਾਮ ਹੈ ਤੂੰ ਇਸ ਇਲਾਕੇ 'ਚ, ਤੈਨੂੰ ਕੁੜੀ ਕਿੰਨੇ ਦੇਣੀ ਹੈ? ਓ ਮੰਮੀ ਓ ਡੈਡੀ, ਕੱਪੜੇ ਨਵੇਂ ਸਵਾਲੋ, ਕੱਪੜੇ ਨਵੇਂ ਸਵਾਲੋ। ਹੁਣ ਵਧਾਈਆਂ ਜੀ ਵਧਾਈਆਂ। ਡੈਡੀ ਤੁਹਾਡਾ ਮੁੰਡਾ ਘੋੜੀ ਚੜ੍ਹ ਲੱਗਿਆ। ਘੋੜੀ ਮੰਨ ਗਈ ਹੈ? ਓ ਡੈਡੀ ਮਜ਼ਾਕ ਨਾ ਕਰੋ, ਮੈਂ ਮੇਰਾ ਰਿਸ਼ਤਾ ਪੱਕਾ ਕਰਕੇ ਆਇਆ, ਹੁਣ ਲਾ ਲਿਓ ਜਿਹੜੇ ਚੌਲ ਆਉਣੇ ਨੇ। ਚਾਹ ਤਾਂ ਬਾਅਦ 'ਚ ਲਾਊਂਗਾ, ਪਹਿਲਾਂ ਮੈਂ ਜੁੱਤੀ ਲਾਵਾਂ। ਉਹ ਤੂੰ ਪਿਓ ਤੋਂ ਬਿਨਾਂ ਰਿਸ਼ਤਾ ਕਿਵੇਂ ਪੱਕਾ ਕਰਾਇਆ? ਉਹ ਜੇ ਪਿਓ ਨਾਲ ਜਾਂਦਾ ਰਿਸ਼ਤੇ ਦਾ ਪਤਾ ਨਹੀਂ ਪਰ ਬੇਇੱਜ਼ਤੀ ਪੱਕਾ ਹੋਣੀ ਸੀ। ਮੈਨੂੰ ਤਾਂ ਹੁਣ ਵੀ ਡਰ ਹੈ ਕਿਤੇ ਤੁਹਾਨੂੰ ਦੋਵਾਂ ਨੂੰ ਮਿਲ ਕੇ ਕੁੜੀ ਵਾਲੇ ਮੁੱਕਰੀ ਨਾ ਜਾਣ। ਮੈਂ ਸੱਚੀ ਪੁੱਤ ਮੰਨ ਗਿਆ ਕੁੜੀ ਵਾਲੇ, ਨੀ ਮਰ ਜਾ। ਲੈ ਮੇਰੇ ਸਾਹਮਣੇ ਆ ਮੇਰਾ ਪੁੱਤ, ਹੈਂ ਲੈ ਤੈਨੂੰ ਗੌਰ ਨਾਲ ਦੇਖਾਂ ਪਹਿਲਾਂ ਮੈਂ। ਮੰਮੀ ਕੀ ਦੇਖੀ ਜਾਂਦੀ ਹੈ? ਮੈਂ ਪੁੱਤ ਮੈਂ ਤਾਂ ਇਹ ਦੇਖਦੀ ਹਾਂ ਵੀ ਕੁੜੀ ਵਾਲੇ ਨੇ ਤੇਰੇ 'ਚ ਇਹੋ ਜਿਹਾ ਕੀ ਦੇਖਿਆ ਜਿਹੜਾ 35 ਸਾਲਾਂ 'ਚ ਸਾਨੂੰ ਨਹੀਂ ਦਿਖਿਆ। ਮੇਰਾ ਤਾਂ ਜੀ ਕਰਦਾ ਤੁਹਾਨੂੰ ਦੋਨਾਂ ਨੂੰ ਛੱਡ ਕੇ ਨਾ ਬਾਕੀ ਸਾਰੇ ਪਿੰਡ ਨੂੰ ਬਰਾਤ ਲੈ ਜਾਂ। ਉਹ ਮੈਨੂੰ ਤਾਂ ਐਂ ਸੀ ਤੁਹਾਨੂੰ ਮੇਰੇ 'ਤੇ ਮਾਣ ਹੋਊ, ਮਾਣ ਸਵਾਹ ਤੁਹਾਨੂੰ ਤਾਂ ਮੇਰੇ 'ਤੇ ਯਕੀਨ ਵੀ ਨਹੀਂ। ਇਹੋ ਜਿਹੀ ਕੁੜੀ ਪੂਰੇ ਹਿੰਦੁਸਤਾਨ 'ਚ ਲੱਭਣੀ, ਦਾਵਾ ਮੇਰਾ ਇਹ। ਪੱਕਾ ਕੁੜੀ ਨੇਪਾਲਣ ਹੋਣੀ। ਉਹ ਕੁੜੀ ਦਾ ਖਾਨਦਾਨ ਕਿਹਾ ਜਾ ਇਹ ਪੁੱਛਦਾ ਮੈਂ। ਆਪਣੇ ਖਾਨਦਾਨ ਨਾਲੋਂ ਬਹੁਤ ਚੰਗਾ ਹੀ ਹੋਊ। ਕੱਲ ਨੂੰ 12 ਵਜੇ ਜਾ ਕੇ ਨਾਲੇ ਤਾਂ ਖਾਨਦਾਨ ਦੇਖ ਲਿਓ, ਨਾਲੇ ਵਿਆਹ ਦੀ ਤਰੀਕ ਕਢਾਇਆ ਹੋ। ਪਹਿਲਾਂ ਤਾਂ ਮੈਂ ਇਸ਼ਤਿਹਾਰ ਕਢਾਵਾਂਗਾ ਅਖਬਾਰ 'ਚ ਤੈਨੂੰ ਬੇਦਖਲ ਕਰਨ ਦਾ। ਤੇਰੇ 'ਚ ਉਹਨਾਂ ਨੂੰ ਕੀ ਪਸੰਦ ਆ ਗਿਆ? ਓਏ ਪੱਕਾ ਉਹਨਾਂ ਦੀ ਅੱਖ ਸਾਡੀ ਜ਼ਮੀਨ ਤੇ ਹੋਣੀ ਹੈ। ਸਾਡੀ ਜ਼ਮੀਨ ਤੇ ਤਾਂ ਫਸਲ ਚੱਜ ਨਾਲ ਨਹੀਂ ਹੁੰਦੀ, ਅੱਖ ਕਿਸੇ ਦੀ ਸਵਾਹ ਹੋਣੀ ਹੈ। ਕਣਕ ਵੀ ਉੱਗਣ ਲੱਗੇ ਸੋਚਦੀ ਹੈ, ਕਹਿੰਦੀ ਬਲਵੰਤ ਸਿੰਘ ਦੇ ਹੁਣੇ ਛੱਡੋ ਪਰਾਂ ਗਵਾਂਢੀਆਂ ਦੀ ਹੋ ਜਾਂਦੀ ਆ। ਫਿਰ ਤੂੰ ਕਿਉਂ ਸਾਡੇ ਹੋ ਗਿਆ? ਤੂੰ ਵੀ ਗਵਾਂਢੀਆਂ ਦੇ ਹੋ ਜਾਂਦਾ। ਮਾੜੇ ਕਰਮ ਮੇਰੇ, ਵੈਸੇ ਬਾਲਾ ਫਰਕ ਨਹੀਂ ਸੀ ਵਿਚਾਲੇ, ਕੰਧ ਹੀ ਫਰਕ ਹੈ। ਉਹ ਸ਼ੁਕਰ ਹੁੰਦਾ ਰੱਬ ਦਾ ਜੇ ਮੈਂ ਗਵਾਂਢੀਆਂ ਦੇ ਪੈਦਾ ਹੁੰਦਾ। ਘੱਟੋ ਘੱਟ ਹੁਣ ਨੂੰ ਵਿਆਹ ਤਾਂ ਹੁੰਦਾ ਬਲਵੰਤ ਸਿੰਘ। ਸੌਰੀ, ਓਹੋ
ਹੋਵੇ ਤੁਸੀਂ ਕਾਹਤੋਂ ਵੈਸੀ ਜਾਂਦੇ ਹੋ? ਜੇ ਕੁੜੀ ਚੌਂਕਾ ਚੁੱਲ੍ਹਾ ਸਾਂਭਣ ਵਾਲੀ ਆ ਤਾਂ ਕਰ ਦਿੰਨੇ ਆ ਵਿਆਹ। ਰਾਣੀ ਜੀ, ਜੇ ਚੁੱਲ੍ਹਾ ਚੌਂਕਾ ਸਾਂਭਦੇ ਸਾਂਭਦੇ ਉਹਨੇ ਘਰ ਵੀ ਸਾਂਭ ਲਿਆ, ਫਿਰ ਸਾਨੂੰ ਕੌਣ ਸਾਂਭੂ? ਉਹ ਡੈਡੀ ਗਗਨ ਇਦਾਂ ਦੀ ਕੁੜੀ ਨਹੀਂ ਹੈਗੀ, ਬਹੁਤ ਜ਼ਿੰਮੇਵਾਰ ਕੁੜੀ ਹੈ ਔਰ ਵੱਡਿਆਂ ਦਾ ਸਤਿਕਾਰ ਕਰਨ ਵਾਲੀ ਹੈ। ਚੱਲ ਬਸ ਹੋ ਗਈ ਗੱਲ, ਕੱਲ ਕੁੜੀ ਵਾਲਿਆਂ ਦੇ ਘਰੇ ਜਾਂਦੇ ਆ, ਚੰਗਾ ਜਿਹਾ ਦਿਨ ਦੇਖ ਕੇ ਆਪਾਂ ਵਿਆਹ ਰੱਖ ਲੈਂਦੇ। ਹਾਂ, ਵਿਆਹ ਦਾ ਦਿਨ ਵੀ ਕਦੇ ਚੰਗਾ ਹੋਇਆ? ਵਿਆਹ ਤਾਂ ਮਾੜੇ ਟਾਈਮ ਦੀ ਪਹਿਲੀ ਪੌੜੀ ਹੁੰਦੀ ਹੈ। ਜਵਾ ਸਹੀ ਕਹਿੰਦਾ ਤੂੰ, ਵੇ ਮੇਰੇ ਤਾਂ ਮਾੜੇ ਦਿਨ ਉਦਾਂ ਹੀ ਸ਼ੁਰੂ ਹੋ ਗਏ ਸੀ ਜਿੱਦੇ ਤੇਰੇ ਵਰਗੇ ਬਿਨਾਂ ਸੈੱਲਾਂ ਵਾਲੇ ਟਾਈਮ ਪੀਸ ਨਾਲ ਵਿਆਹ ਹੀ ਗਈ। ਡੈਡੀ, ਵੈਸੇ ਟਾਈਮ ਕਿੰਨਾ ਹੋ ਗਿਆ? ਤੇਰਾ ਚਪੇੜਾ ਖਾਣ ਦਾ ਟਾਈਮ ਹੋ ਗਿਆ। ਫੇਰ ਬਾਹਰ ਨੂੰ ਮੂੰਹ ਚੱਕ ਲਿਆ? ਓ ਬਾ, ਮੈਂ ਗੇਟ ਲਾਉਣ ਚੱਲਿਆ ਸੀ। ਇਹਨੂੰ ਹੋਰ ਕਿੰਨਾ ਖਲਾਉਣਾ? ਕੰਧ ਕਰਾ ਦਈਏ ਤੇ ਜਾ ਜਾ ਕੇ ਤਿਆਰ ਹੋ ਜਾ। ਮਸਾ ਮਸਾ ਕਰਮ ਵਾਲਾ ਦਿਨ ਚੜਿਆ। ਇਹਨੂੰ ਕਹਿੰਦੇ ਆ ਕਰਮ ਵਾਲਾ ਦਿਨ? ਵੇ ਹੁਣ ਕੰਧ ਵੱਲ ਕਿੱਧਰ ਮੂੰਹ ਚੱਕ ਲਿਆ? ਟੱਕਰ ਮਾਰਨੀ ਆ ਇਹਦੇ ਚ? ਜਾ ਜਾ ਕੇ ਸਿਰ ਚ ਪਾਣੀ ਪਾ ਲੈ ਜੇ ਮਾੜੀ ਮੋਟੀ ਹੋਸ਼ ਆ ਜਾਏ ਤੈਨੂੰ। ਪਤਾ ਨੀ ਕਿੱਥੇ ਬੈਠਾ ਬੈਠਾ ਸਾਰੀ ਰਾਤ ਦਫਦਾ ਰਹਿੰਦਾ, ਇੱਕੋ ਮੁਸਟੰਡਿਆਂ ਦਾ ਖੇੜਾ ਨੀ ਛੱਡਦਾ। ਟੱਕਰ ਜਾਣ ਮੈਨੂੰ, ਲੱਤਾਂ ਭਰ ਦੂ ਉਹਨਾਂ ਦੀਆਂ ਮੈਂ, ਲਹੂ ਪੀ ਕੇ ਰੱਖੇ ਮੇਰਾ। ਸਾਰੇ ਪਾਸੇ ਕੰਧੇ ਹੀ ਕੰਧਾਂ, ਕਿਤੇ ਦਰਵਾਜ਼ੇ ਵੀ ਰੱਖਿਆ ਡੈਡੀ ਨੇ, ਘਰ 'ਚ ਅੰਨੇ ਬਾ ਕੰਧਾਂ ਬਣਾ ਰੱਖੀਆਂ ਨੇ। ਅੰਨਾ ਕੀ ਨਾਊ ਤੇ ਕੀ ਨਿਚੋੜੂ। ਤੈਨੂੰ ਦੇਖਣੋਂ ਹਟ ਗਿਆ। ਮੰਮੀ, ਮੰਮੀ, ਮੈਨੂੰ ਵਿਆਹ ਦਾ ਚੌਈ ਇੰਨਾ ਚੜਿਆ, ਤੁਹਾਨੂੰ ਵੀ ਤਾਂ ਆਪਦੇ ਵਿਆਹ ਵੇਲੇ ਚੌ ਚੜੇ ਹੋਣਾ। ਮੈਂ ਚਾਹ ਤਾਂ ਨੀ, ਬੁਖਾਰ ਜ਼ਰੂਰ ਚੜ ਗਿਆ ਸੀ ਤੇਰੇ ਪਿਓ ਦੀ ਫੋਟੋ ਦੇਖ ਕੇ। ਮੈਂ ਚੰਗਾ ਨਾ ਆ, ਹੁਣ ਇੱਥੇ ਖੜਾ ਗੱਲਾਂ ਹੀ ਮਾਰੀ ਜਾਂਦਾ, ਕੱਢ ਦਿੰਦੀ ਆ ਕੱਪੜੇ ਤੇਰੇ ਮੈਂ। ਅੰਨੇ ਬੰਦੇ ਦਾ ਨਹਾਉਣਾ ਵੀ ਕੋਈ ਨਹਾਉਣਾ ਹੈ? ਸਾਬਣ ਲੱਭਦਾ ਡੱਬਾ ਖੋ ਜਾਂਦਾ, ਡੱਬਾ ਲੱਭਦਾ ਸਾਬਣ ਖੋ ਜਾਂਦਾ। ਸਾਰੀ ਜ਼ਿੰਦਗੀ ਸ਼ੀਸ਼ੇ ਮੂਹਰੇ ਖੜ ਕੇ ਆਪਣੀ ਸ਼ਕਲ 'ਚ ਹੀ ਨੁਕਸ ਕੱਢੀ ਜਾਏਗਾ। ਵੇ ਅੱਗੇ ਵਿਆਹ ਤਾਂ ਥੋੜਾ ਲੇਟ ਹੈ, ਜੋ ਹੋਰ ਹੋਣਾ। ਚਲੋ ਚਲੋ ਚੱਲੀਏ, ਹੁਣ ਤਾਕੀ ਪੱਟ ਕੇ ਨਾਲ ਲਿਜਾਏਗਾ ਜਿਹਨੂੰ ਕਹਿ ਰਿਹਾ। ਚਲੋ ਚੱਲੀਏ, ਆਫੜ ਚਾਬੀ, ਚਲਾ ਗੱਡੀ। ਡੈਡੀ, ਤੁਹਾਡੇ ਹੁੰਦੇ ਮੈਂ ਗੱਡੀ ਚਲਾਉਂਦਾ ਚੰਗਾ ਲੱਗੂ ਕਿਤੇ? ਕਿਉਂ, ਮੈਂ ਖਾਨਦਾਨੀ ਡਰਾਈਵਰ ਹੈ ਯਾਰ, ਤਨਖਾਹ ਦਿੰਦਾ ਤੂੰ ਮੈਨੂੰ? ਉਹ ਨਹੀਂ ਨਹੀਂ, ਕੀ ਕਹਿ ਰਹੇ ਹੋ ਡੈਡੀ? ਦੇਖੋ, ਕਾਰ ਦੀ ਚਾਬੀ ਤੁਹਾਡੇ ਕੋਲ ਹੈ, ਕਾਰ ਦੇ ਮਾਲਕ ਤੁਸੀਂ ਹੋ, ਤੁਸੀਂ ਆਪ ਸੋਚੋ। ਜਦੋਂ ਕੁੜਮਾ ਦੇ ਘਰ ਮੂਹਰੇ ਜਾ ਕੇ ਤੁਸੀਂ ਕਾਰ ਮਾਰੋਗੇ, ਮੇਰਾ ਮਤਲਬ ਕਾਰ ਦੀ ਬ੍ਰੇਕ ਮਾਰੋਗੇ, ਕਿੰਨੀ ਠੁੱਕ ਬਣੂਗੀ ਤੁਹਾਡੀ। ਮੈਂ ਤੇਰਾ ਪਿਓ, ਕਾਰ ਦੀ ਚਾਹੇ ਅਗਲੀ ਸੀਟ ਤੇ ਬਹਿ ਜਾਏ ਚਾਹੇ ਪਿਛਲੀ ਤੇ, ਲੱਗਣਾ ਨਾ ਡਰਾਈਵਰ ਹੀ ਹੈ। ਇੱਕ ਗੱਲ ਦੱਸਿਓ ਰਾਣੀ ਜੀ, ਤੁਹਾਡੇ ਪਿਓ ਨੇ ਤੁਹਾਨੂੰ ਮੇਰੇ ਲੜ ਲਾਇਆ ਸੀ ਜਾਂ ਲੜਨ ਲਾਇਆ ਸੀਗਾ? ਜ਼ਿੰਦਗੀ 'ਚ ਪਹਿਲੀ ਵਾਰ ਤੇਰੀ ਔਲਾਦ ਨੇ ਮੂੰਹੋਂ ਕੋਈ ਚੱਜ ਦੀ ਗੱਲ ਕਹੀ ਹੈ, ਪਰ ਤੇਥੋਂ ਬੋਲੇ ਬਗੈਰ ਨਹੀਂ ਰਿਹਾ ਗਿਆ। ਚਲੋ ਹੁਣ ਬੈਠੋ ਅੰਦਰ,
ਚਲੋ ਡੈਡੀ, ਮੈਂ ਤੁਹਾਡੇ ਨਾਲ ਸੀਟ ਤੇ ਅੱਗੇ ਬੈਠਦਾ। ਤੂੰ ਤਾਂ ਅੱਗੇ ਬਹਿਣ ਨੂੰ ਕਹਿ ਰਿਹਾ ਸੀ। ਹੋਰ ਮੈਂ ਜਾ ਕੇ ਹੁਣ ਬੋਰਨਰ ਤੇ ਬਹਿ ਜਾ। ਮੈਂ ਤੈਨੂੰ ਅਗਲੀ ਸੀਟ ਤੇ ਬਹਿਣ ਨੂੰ ਕਹਿ ਰਿਹਾ, ਅਗਲੀ ਸੀਟ ਤੇ। ਉਹ ਅਗਲੀ ਸੀਟ ਤੇ ਬਹਿ ਕੇ ਕਿਹੜਾ ਆਪਣੇ ਨਾਲ ਪਹਿਲਾਂ ਪਹੁੰਚੂ ਇਹ? ਚੱਲ ਤੂੰ ਬੈਠ ਅੰਦਰ ਤੋਰ ਗੱਡੀ। ਹੋਰ ਐਵੇਂ ਲੜੀ ਜਾਂਦੇ ਨੇ, ਸੰਗਰਾਂ ਦੇਣਾ। ਤੂੰ ਹੀ ਖੜਾ ਪੈਰ ਜਿਹਾ ਮਲੀ ਜਾਂਦਾ। ਚਲੋ ਲਓ ਵਾਹਿਗੁਰੂ ਦਾ ਨਾਮ। ਸਤਨਾਮ ਵਾਹਿਗੁਰੂ। ਆਜੋ ਆਜੋ। ਗੱਲ ਸੁਣੋ, ਜੇ ਤਾਂ ਤੂੰ ਵਿਆਹ ਤੋਂ ਬਾਅਦ ਆਪਣੇ ਉਹ ਦੋਨੋਂ ਆਵਾਰਾ ਦੋਸਤਾਂ ਦਾ ਸਾਥ ਛੱਡੇਗਾ, ਫਿਰ ਤਾਂ ਮੈਂ ਵਿਆਹ ਲਈ ਹਾਂ ਕਰਾਂਗਾ, ਨਹੀਂ ਮੇਰੇ ਵੱਲੋਂ ਹੁਣ ਹੀ ਨਾ। ਇਸ ਵੇਲੇ ਤਾਂ ਜੇ ਮੈਨੂੰ ਸਰੀਰ ਛੱਡਣ ਨੂੰ ਕਹੋਗੇ ਮੈਂ ਉਹ ਵੀ ਛੱਡ ਦੂੰਗਾ, ਪਰ ਫਿਰ ਵੀ ਜੇ ਮੇਰਾ ਗਗਨ ਨਾਲ ਵਿਆਹ ਨਾ ਹੋਇਆ ਮੈਂ ਤੁਹਾਨੂੰ ਨਹੀਂ ਛੱਡਣਾ। ਡਨ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਓ, ਵੈਲਕਮ ਜੀ। ਐਨ ਆਓ ਸੀ। ਆਓ ਪਲੀਜ਼। ਆਓ ਜੀ। ਆਓ। ਚਲ ਚਲ। ਬੇਟੇ ਅਸੀਂ ਤਾਂ ਤੇਲ ਵੀ ਨਹੀਂ ਚੋਇਆ, ਸੁੱਕਾ ਹੀ ਤਿਲਕ ਗਿਆ। ਇਹ ਸਾਡੇ ਮਾਤਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਲਵੰਤ ਸਿੰਘ ਜੀ, ਤੁਸੀਂ ਇੱਧਰ ਆ ਜਾਓ। ਮਿਹਰਬਾਨੀ ਜੀ, ਮਿਹਰਬਾਨੀ। ਪ੍ਰਗਟ ਪੁੱਤ, ਤੂੰ ਉੱਥੇ ਇਕੱਲਾ ਕਿਉਂ ਬਹਿ ਗਿਆ? ਇੱਧਰ ਆ ਕੇ ਬਹਿ ਸਾਡੇ ਕੋਲ। ਨਹੀਂ ਜੀ, ਮੈਂ ਕਿਹਾ ਤੁਸੀਂ ਸਾਰੇ ਸਿਆਣੇ ਬੈਠੇ ਹੋ, ਮੈਂ ਵਿੱਚ ਬੈਠ ਕੇ ਕੀ ਕਰੂੰਗਾ? ਤੁਸੀਂ ਕੋਈ ਗੱਲ ਕਰਨੀ ਹੋਣੀ ਆ। ਬੜੀ ਤਮੀਜ਼ ਨਾਲ ਪੇਸ਼ ਆ ਰਿਹਾ, ਘਰੋਂ ਸਿਖਾ ਕੇ ਲਿਆਈ ਹੈ। ਗੱਲ ਤੁਹਾਡੇ ਵਿਆਹ ਦੀ ਹੋਣੀ ਹੈ ਪੁੱਤ, ਮੂਹਰੇ ਆ ਕੇ ਬੈਠੋ। ਆ ਗਿਆ ਜੀ, ਆ ਗਿਆ। ਆ ਜਾ ਪੁੱਤ, ਆ ਜਾ ਇੱਧਰ, ਆ ਜਾ। ਸੌਰੀ, ਲੱਗਦਾ ਕਾਕਾ ਜੀ ਦਾ ਬਚਪਨ ਦਾ ਗੋਦੀ ਚ ਬੈਠਣ ਵਾਲਾ ਸ਼ੌਕ ਅਜੇ ਤੱਕ ਪੂਰਾ ਨਹੀਂ ਹੋਇਆ। ਬਸ ਇੰਨੇ ਜੀਆਂ ਨੂੰ ਘਰ ਚ ਇਕੱਠਿਆਂ ਦੇਖ ਕੇ ਸਾਨੂੰ ਬਹੁਤ ਖੁਸ਼ੀ ਹੋਈ ਜੀ। ਪੁੱਤ, ਆਪਣੇ ਲਾਣੇ ਬਾਰੇ ਵੀ ਕੁਛ ਦੱਸੋ। ਜੀ, ਸਾਡਾ ਤਾਂ ਬਸ ਇਹੀ ਪਰਿਵਾਰ ਹੈ ਜੀ। ਮੈਂ ਮੇਰੇ ਮਾਂ ਪਿਓ ਦਾ ਇਕੱਲਾ ਇਕੱਲਾ ਪੁੱਤ ਸੀ, ਤੇ ਅੱਗੇ ਮੇਰਾ ਵੀ ਇਹ ਇਕੱਲਾ ਇਕੱਲਾ ਪੁੱਤ ਹੈ। ਜੇ ਹੁਣ ਕਿਸੇ ਨੇ ਗਿੱਲੇ ਪੋਚੇ ਤੇ ਪੈੜਾਂ ਪਾਈਆਂ ਨਾ, ਤਾਂ ਉਹਨੂੰ ਪੋਚੇ ਵਾਲੀ ਬਾਲਟੀ ਚ ਡੁਬਕੀਆਂ ਲਵਾਉ। ਹੁਣ ਤੈਨੂੰ ਵੀ ਦਿਸਣਾ ਬੰਦ ਹੋ ਗਿਆ ਨਾ। ਹੁਣ ਇਹ ਮੈਂ ਕੀ ਕਰਤਾ? ਨਾ ਤੈਨੂੰ ਬਿਨਾਂ ਨਹੀਂ ਪਹੁੰਚਿਆ ਗਿੱਲਾ ਹਲੇ। ਓ ਸੌਰੀ, ਮੈਨੂੰ ਪਤਾ ਹੀ ਲੱਗਿਆ। ਬੇ ਪਤਾ ਤੈਨੂੰ ਉਦੋਂ ਲੱਗੂ ਜਦੋਂ ਗਿੱਲੇ ਫਰਸ਼ ਤੋਂ ਤਿਲਕ ਕੇ ਲੱਤ ਬੰਨ ਲਾਲੀ। ਬੇ ਤੇਰੇ ਵਿਆਹ 'ਚ ਤੇਰੇ ਬਟਨਾ ਬਣਾਂਗੇ ਜਾਂ ਆਇਓਡੈਕਸ। ਓ ਚੰਗਾ। ਡੈਡੀ, ਡੈਡੀ, ਡੈਡੀ। ਓਏ, ਇੱਕ ਡੈਡੀ ਤਾਂ ਬੈਠਾ ਹੈ, ਹੋਰ ਕਿਹੜਾ ਪਿਓ ਲੱਭ ਰਿਹਾ ਤੂੰ? ਡੈਡੀ, ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ। ਕੀ ਗੱਲ? ਕੁੜੀ ਵਾਲਿਆਂ ਨੇ ਨਾ ਕਰਤੀ? ਹਾਂ, ਕੁੜੀ ਵਾਲੇ ਕਹਿੰਦੇ ਆਪਣੇ ਡੈਡੀ ਨੂੰ ਬਰਾਤ ਦੇ ਵਿੱਚ ਨਾ ਲੈ ਕੇ ਆਈ। ਉਹ ਪਹਿਲਾਂ ਮੇਰੀ ਪੂਰੀ ਗੱਲ ਤਾਂ ਸੁਣ ਲਿਆ ਕਰੋ। ਡੈਡੀ, ਮੈਂ ਪਹਾੜਾਂ 'ਤੇ ਜਾਣਾ। ਕਿਉਂ? ਤੂੰ ਛਤਰ ਚੜ੍ਹਾਉਣਾ ਹੈ ਉੱਥੇ? ਬੇ ਪੁੱਤ, ਹੁਣ ਤਾਂ ਸੁਖਣਾ ਤੇਰਾ ਵਿਆਹ ਹੋਣ ਲੱਗਿਆ, ਹੁਣ ਤੈਨੂੰ ਪਹਾੜਾਂ 'ਤੇ ਜਾਣ ਦੀ ਕੀ ਲੋੜ ਹੈ? ਨਾਲੇ ਪਹਾੜਾਂ 'ਤੇ ਤਾਂ ਵਿਆਹ ਤੋਂ ਬਾਅਦ ਜਾਂਦੇ ਹੁੰਦੇ ਆ, ਤੂੰ ਪਹਿਲਾਂ ਜਾ ਕੇ ਕੀ ਕਰਨਾ? ਉਹ ਮੈਂ ਸ਼ਿਲਾ ਕੱਟਣ ਨਹੀਂ ਚੱਲਿਆ, ਇੱਕ ਬਾਬੇ ਦੇ ਸੁੱਖ ਸੁੱਖੀ ਸੀ ਵੀ ਸੁੱਖੀ ਸੰਦੀ ਮੇਰਾ ਵਿਆਹ ਹੋ ਜੇ, ਉਹ ਪੂਰੀ ਕਰਨ ਚੱਲਿਆ। ਜਿਹਨੇ ਤੇਰੇ ਵਿਆਹ ਦੀ ਸੁੱਖ ਪੂਰੀ ਕਰਤੀ ਉਹ ਤਾਂ ਬਹੁਤ ਪਹੁੰਚਿਆ ਹੋਇਆ ਬਾਬਾ ਹੋਣਾ ਹੈ। ਸਾਨੂੰ ਵੀ ਦੱਸ ਦੇ ਉਹਦਾ ਟਿਕਾਣਾ, ਕੀ ਪਤਾ ਸਾਡੀ ਵੀ ਜ਼ਿੰਦਗੀ 'ਚ ਕੋਈ ਸੁੱਖ ਆ ਜੇ। ਤੇਰੀ ਜ਼ਿੰਦਗੀ 'ਚ ਤਾਂ ਕਦੇ ਸੁੱਖ ਆਉਣਾ ਨਹੀਂ, ਤੇ ਤੂੰ ਕਿਸੇ ਦੀ ਜ਼ਿੰਦਗੀ 'ਚ ਸੁੱਖ ਆਉਣ ਨਹੀਂ ਦੇਣਾ। ਬੇ ਪੁੱਤ, ਤੂੰ ਜ਼ਰੂਰ ਪੂਰੀ ਕਰਕੇ ਆ ਸਕੇ, ਅਸੀਂ ਵੀ ਚੱਲਦੇ ਤੇਰੇ ਨਾਲ। ਨਾ ਨਾ, ਤੁਸੀਂ ਉੱਥੇ ਕੀ ਕਰਨਾ? ਨਾਲੇ ਪਿੱਛੇ ਵਿਆਹ ਦੇ ਕੰਮ ਕੌਣ ਕਰੂਗਾ? ਮੈਨੂੰ ਉੱਥੇ
2-4 ਦਿਨ ਲੱਗ ਜਾਣੇ ਨੇ। 2-4 ਦਿਨ? ਫਿਰ ਟੈਂਟ ਵਾਲੇ ਨੂੰ ਤੇਰੇ ਮਗਰ ਹੀ ਭੇਜਦਾ ਪਹਾੜਾਂ ਤੇ ਜਾਂ ਮੁੜ ਆਏਗਾ ਟਾਈਮ ਸਿਰ? ਉਹ ਮੈਂ ਸੁੱਖ ਪੂਰੀ ਕਰ ਚੱਲਿਆ, ਕੋਈ ਜ਼ਰੂਰ ਪੂਰੀ ਕਰਨੀ ਚੱਲਿਆ ਜਿਹੜਾ ਮੈਂ ਮੁੰਡਾ ਹੀ ਨਹੀਂ। ਪਹਿਲਾਂ ਮੈਨੂੰ ਜਾ ਤਾਂ ਲੈਣ ਦੋ। ਜਾ ਪੁੱਤ, ਇਹਦਾ ਰੇੜੂਆ ਤਾਂ ਨਾ ਹੀ ਵੱਜੀ ਜਾਣ, ਨਾਲੇ ਮੈਂ ਵੀ ਵੱਡੇ ਵਡੇਰਾਂ ਦਾ ਸਮਾਨ ਕੱਢਿਆ ਪਿਆ, ਉਹ ਵੀ ਫੜਾਉਣੀ ਆ ਤੈਨੂੰ। ਉਹ ਵੀ ਚੜਾ, ਚੱਲ ਆ ਜਾ। ਵੇ ਇੱਧਰ ਮਾਰ, ਕਿੱਧਰ ਮੂੰਹ ਚੱਕਿਆ? ਭੈਣੇ ਸਸਰੀਕਾਲ, ਸਸਰੀਕਾਲ, ਰੋਕੀ ਸ਼ੇਰਾ, ਵਧਾਈਆਂ ਵਧਾਈਆਂ ਬਾਈ, ਤੈਨੂੰ ਸਭਾ ਵਧਾਈਆਂ। ਹੋਰ ਸਭ ਠੀਕ ਹੈ? ਸਭ ਠੀਕ ਠਾਕ ਠੀਕ। ਹੋਰ ਜੀਜਾ ਸਤਿ ਸ਼੍ਰੀ ਅਕਾਲ, ਜੀਜਾ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਹੋਰ ਠੀਕ ਹੋ? ਵਧੀਆ ਹੈ ਬਾਈ, ਤੂੰ ਕੱਲਾ ਹੀ ਆ ਗਿਆ, ਭਾਬੀ ਤੇ ਪ੍ਰੀਤੀ ਕਿੱਥੇ ਨੇ? ਓ ਭਾਬੀ, ਤੇਰੀ ਨੂੰ ਤਾਂ ਯਕੀਨ ਨਹੀਂ ਸੀ ਆ ਰਿਹਾ ਵੀ ਪ੍ਰਗਟ ਦਾ ਰਿਸ਼ਤਾ ਹੋ ਜੂ। ਮੈਨੂੰ ਪਤਾ ਕੀ ਕਹਿੰਦੀ, ਕਹਿੰਦੀ ਉੱਥੇ ਜਾ ਕੇ ਫੋਨ ਕਰੀ, ਜੇ ਪ੍ਰਗਟ ਦਾ ਸੱਚੀ ਓ ਰਿਸ਼ਤਾ ਹੋ ਗਿਆ ਤਾਂ ਮੈਂ ਆ ਜੂ। ਵੈਸੇ ਉਹ ਤਿਆਰ ਬੈਠੀ ਹੈ, ਮੈਂ ਕਰਦਾ ਫੋਨ। ਕਾਲੇ, ਇੰਨਾ ਸਮਾਨ ਲੈਣ ਦੀ ਕੀ ਲੋੜ ਸੀ? ਓ ਜੀਜਾ ਜੀ, ਉਹ ਭੁੱਖੇ ਢਿੱਡ ਦਾ ਰਿਸ਼ਤੇਦਾਰ ਸ਼ਗਨ ਨਹੀਂ ਪਾਉਂਦੇ, ਭੰਗੜਾ ਕਿੱਥੋਂ ਪਾ ਲੈਣਗੇ? ਬਈ ਚੱਕੋ ਮੰਜਾ ਡਾਹੋ ਕੁਰਸੀ, ਅਸੀਂ ਨਾਨਕਾ ਮੇਲ ਬਣ ਆਈਆਂ। ਬਈ ਚੱਕੋ ਮੰਜਾ ਡਾਹੋ ਕੁਰਸੀ, ਸਾਡੇ ਆਉਂਦਿਆਂ ਦੇ ਸ਼ਗਨ ਮਨਾ ਡਾਰੀਏ, ਸਾਡੇ ਆਉਂਦਿਆਂ ਦੇ ਗੁੜ ਦੀ ਰੋੜੀ ਚਾਹੇ ਮੱਤੇ ਦੁੱਧ ਬਜ਼ਾਰੋਂ ਲਿਆਇਓ, ਵੀ ਮੱਥੇ ਵੱਟ ਪਾਇਓ ਨਾ, ਸਾਨੂੰ ਚਾਹ ਦਾ ਗਲਾਸ ਪਿਆਇਓ ਨਾ, ਮੱਥੇ ਆ ਜਾ ਆ ਜਾ ਨੀ। ਵਧਾਈਆਂ ਭੈਣੇ। ਓ ਜੀਜਾ ਜੀ, ਮੁੰਡਾ ਵੀ ਆਜੂਗਾ, ਤੁਸੀਂ ਤਾਂ ਕੱਪੜੇ ਪਾ ਲਓ ਕਿ ਮੁੰਡੇ ਨੇ ਆ ਕੇ ਤੁਹਾਡਾ ਨਾਲਾ ਬੰਨਣਾ। ਤੇਰੀ ਭੈਣ ਨੂੰ ਬੜਾ ਸਮਝਾਇਆ, ਨਾ ਜਾਣਦੇ ਨਲਾਇਕ ਨੂੰ, ਮੰਨੀ ਨੀ ਸਾਡੀ। ਕਿਹੜੇ ਮੰਨੀ ਸੀ, ਤੁਹਾਡੇ ਨਾਲ ਵਿਆਹਣ ਲੱਗਿਆ ਅਸੀਂ ਵੀ ਬਥੇਰਾ ਸਮਝਾਇਆ ਬਈ ਨਾ ਕਰਦੇ, ਮੰਨਿਓ ਨੀ, ਹੁਣ ਰੋਂਦੀ ਆ। ਬਈ ਜੇ ਬੇੜਾ ਇਹਨਾਂ ਦਾ, ਨਾ ਮਰ ਜਾਣੇ ਹੋ ਆਪ ਤਾਂ ਛੜੇ ਮਲੰਗੋ, ਇਹਦਾ ਵਿਆਹ ਤਾਂ ਹੋ ਜਾਣ ਦਿਓ, ਕਿ ਇਹਨੂੰ ਵੀ ਬਾਬਿਆਂ ਦੇ ਲਿਜਾ ਕੇ ਬਾਬਾ ਹੀ ਬਣਾਉਣਾ। ਹਨੀ, ਮੈਨੂੰ ਲੱਗਦਾ ਆਪਾਂ ਤਾਂ ਵਿੱਚੇ ਹੀ ਬੈਠੀਏ ਯਾਰ। ਚੱਲ ਬਈ, ਤੂੰ ਬਾਈ ਦੀ ਸਿਹਤ ਨੂੰ ਹੋ ਕੇ ਤੁਰਿਆ ਜਾ, ਸਿੱਧੇ 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 ਮੁੜੀ ਨਾ ਕਿਸੇ ਪਾਸੇ। ਓ ਮੰਮੀ, ਕਿਉਂ ਇਹਨਾਂ ਨੂੰ ਬੋਲੀ ਜਾਂਦੇ ਹੋ, ਇਹ ਜਿਹੇ ਇਹਨਾਂ ਨੇ ਕੀ ਕਰਤਾ? ਚਲੋ ਚੱਲੀਏ ਆਪਾਂ। ਤੇ ਕੀ ਗੱਲ, ਵਿਆਹ ਦੇ ਚਾਚ ਤੈਨੂੰ ਭੂਆ ਵੀ ਦੱਸਣੋਂ ਹਟ ਗਈ? ਤੂੰ ਤਾਂ ਵਿਆਹ ਤੋਂ ਪਹਿਲਾਂ ਹੀ ਸਤਿ ਸ਼੍ਰੀ ਅਕਾਲ ਬੁਲਾਉਣੋਂ ਹਟ ਗਿਆ ਹੈ, ਵਿਆਹ ਤੋਂ ਬਾਅਦ ਤੂੰ ਮੈਨੂੰ ਘਰੇ ਹੀ ਬੁਲਾਉਣਾ ਬੰਦ ਕਰ ਦੇਂਗਾ? ਓ ਨਹੀਂ ਭੂਆ ਜੀ, ਮੈਂ ਤੋਂ ਨਹੀਂ ਸਤਿ ਸ਼੍ਰੀ ਅਕਾਲ ਬੁਲਾਉਣ ਲੱਗਿਆ ਸੀ, ਸਤਿ ਸ਼੍ਰੀ ਅਕਾਲ ਭੂਆ ਜੀ, ਸਤਿ ਸ਼੍ਰੀ ਅਕਾਲ ਭੂਆ ਜੀ, ਸਤਿ ਸ਼੍ਰੀ ਅਕਾਲ। ਦੇ ਫਿਰ ਭੂਆ ਨੂੰ ਬੁਲਾ। ਸਤਿ ਸ਼੍ਰੀ ਅਕਾਲ ਭੂਆ ਜੀ। ਭੂਆ ਨਾ ਭੂਆ ਦਿਸ ਗਈ, ਮਾਸੀ ਨਹੀਂ ਦਿਸੀ ਤੈਨੂੰ, ਨਾ ਫਿਰ ਮਾਮੀ ਉਹ ਮਾੜੀ ਹੈ, ਇੱਧਰ ਵੀ ਬੁਲਾ ਸਤਿ ਸ਼੍ਰੀ ਅਕਾਲ। ਮੈਂ ਸਾਰਿਆਂ ਨੂੰ ਮਿਲਣਾ ਸੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਓਏ ਬਾਕੀ ਦੀ ਸਤਿ ਸ਼੍ਰੀ ਅਕਾਲ ਰਾਹ 'ਚ ਕਰ ਲਿਓ, ਅਸੀਂ ਪਹਿਲਾਂ ਹੀ ਬਹੁਤ ਲੇਟ ਹੋ ਗਏ ਹਾਂ, ਨਿਕਲੋ ਚਲੋ ਛੇ। ਚਲੋ 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 ਚਲੋ, ਕੱਪੜੇ ਤਾਂ ਬਦਲ ਲੈ ਕੇ ਵੀ ਰਾਹ 'ਚ ਪਾਉਣੇ ਆ। ਓ ਫੜਾ ਮੈਨੂੰ ਸੁੱਕੀ ਸੁੱਕੀ। ਬਲਵੰਤ ਸਿੰਘ ਜੀ, ਇੱਕ ਛੋਟੀ ਜਿਹੀ ਬੇਨਤੀ ਹੈ, ਕੱਲ ਬਰਾਤ ਟਾਈਮ ਨਾਲ ਲੈ ਕੇ ਆ ਜੀ। ਹਾਂ ਹਾਂ, ਕਾਕਾ ਜੀ ਕਿੱਥੇ ਨੇ?
ਜਾਂਦੇ ਵਾਰੀ ਮਿਲੀ ਲੈਂਦੇ ਜੀ। ਪ੍ਰਗਟ ਪੁੱਤ ਕੁੜਮ ਤਾਂ ਚੱਲੇ ਨੇ, ਆ ਜਾ ਬਾਹਰ ਮਿਲਾ ਕੇ। ਤੁਹਾਡਾ ਕੋਈ ਰਿਸ਼ਤੇਦਾਰ? ਨਾ, ਸਾਡਾ ਤਾਂ ਕੋਈ ਰਿਸ਼ਤੇਦਾਰ ਨਹੀਂ ਹੈ। ਪਤਾ ਨਹੀਂ ਐਵੇਂ ਕੋਈ ਵਿਆਹ ਦੇ ਵਿੱਚ ਮੁਫਤ ਦੀ ਦਾਰੂ ਪੀ ਕੇ ਆਪਣਾ ਜਲੂਸ ਕਢਾ ਰਿਹਾ ਹੈ। ਡੈਡੀ ਤੁਸੀਂ ਚੱਲੇ ਹੋ ਜੀ? ਠੀਕ ਹੈ, ਸਤਿ ਸ਼੍ਰੀ ਅਕਾਲ। ਅਸੀਂ ਤੇ ਚੱਲੇ ਆ, ਪਰ ਕਾਕਾ ਜੀ ਤੁਹਾਡੇ ਚਾਲੇ ਕੋ ਠੀਕ ਨਹੀਂ ਲੱਗ ਰਹੇ। ਨਹੀਂ ਨਹੀਂ ਡੈਡੀ ਜੀ, ਮੈਂ ਸੰਗ ਗਿਆ ਸੀਗਾ ਤਾਂ ਕਰਕੇ ਬਸ। ਮੂੰਹ ਦੀ ਸੰਗ ਤਾਂ ਸਮਝ ਆ ਗਈ, ਆ ਪੈਰ ਦੀ ਲੰਘ ਨਹੀਂ ਸਮਝ ਆਈ। ਓ ਨਹੀਂ ਨਹੀਂ ਡੈਡੀ, ਮੈਚਿੰਗ ਟਿੰਗੜਾਂਗ ਟਿੰਗੜਾਂਗ। ਪਰ ਕੱਢੋ ਪ੍ਰਾਹੁਣੇ ਨੂੰ ਬਾਹਰ, ਕਰੋ ਬਰਾਤ ਦੀ ਤਿਆਰੀ। ਆ ਗਈ ਭੈਣ। ਨੀ ਭਾਬੀ, ਪੁੜੇ ਚੁੰਨੀ ਤਾਂ ਭਾਰੀ ਲੈ ਲੈਂਦੀ ਭਾਈ, ਸੁੱਖ ਨਾਲ ਪੁੱਤ ਵਿਆਹਣ ਚੱਲੀ ਆ। ਨੀ ਭਾਈ, ਮੈਂ ਇੱਥੋਂ ਤਾਂ ਭਾਰੀ ਚੁੰਨੀ ਲਈ ਨਹੀਂ ਜਾਂਦੀ, ਨਾਲੇ ਪਾਣੀ ਵਾਰਨ ਵੇਲੇ ਲਾਉਂਗੀ ਦੋਸਤੜੀਆਂ ਮੈਂ। ਆ ਵੀ ਠੀਕ ਹੈ। ਮਰ ਜਾ ਕਿਹੜੇ ਭਾਬੀ, ਬਹੁਤ ਸੋਹਣਾ ਸੂਟ ਪਾਇਆ ਤੂੰ ਤਾਂ। ਸੱਚੀ ਸੋਹਣੀ ਲੱਗਦੀ ਨਹੀਂ? ਜਮਾ ਮੋਰ ਨਹੀਂ ਲੱਗਦੀ ਆ, ਦੇਖੀ ਸਿਲਕ ਦਾ ਭਲਾ। ਕਾਹਨੂੰ ਟੈਰੀ ਰੂਵੀ ਆਦ ਹੈ, ਪੂਰਾ 3000 ਖਰਚੇ। ਨੀ ਤੈਨੂੰ ਤਾਂ ਪਤਾ ਹੀ ਹੈ ਵੀ ਵੀਰ ਤੇਰਾ ਮੈਨੂੰ ਸਸਤੇ ਕੱਪੜੇ ਪਾਉਣੀ ਕਿੱਥੋਂ ਦਿੰਦਾ। ਭਗਵਾਨ ਨੇ 700 ਰੁਪਏ ਤੇ ਸੂਟ ਤੇ ਲਵਾਤਾ, ਚੁੰਨੀ ਤੂੰ ਕੁੰਜੇ ਲਵੜੀ ਜਾਂਦੀ ਹੈ। ਚੱਕ ਲੈ ਭੈਣੇ, 300 ਦੀ ਤਾਂ ਤੇਰੀ ਚੁੰਨੀ ਹੋਣੀ ਹੈ, ਤਾਂ ਹੀ 3000 ਬਣਦਾ। ਨੀ ਫੇਰ ਤਾਂ ਭਾਬੀ ਸੂਟ ਨਾ ਮਹਿੰਗੀ ਤੇਰੀ ਚੁੰਨੀ ਹੋਈ। ਹਾਂ ਭੈਣ, ਚੀਨ ਮੀਨ ਦੀ ਚੁੰਨੀ ਹੈ, ਤੁਸੀਂ ਨਾ ਮੇਰੀ ਟੌਰ ਬਣਨ ਦਿਓ ਕਿਤੇ। 400 ਵਾਲਾ 700 ਦਾ ਕਹਿਤਾ, ਅਜੇ ਤੇਰੀ ਟੌਰ ਹੀ ਨਹੀਂ ਬਣੀ। ਚਲੋ ਚਲੋ ਗੱਡੀ ਕੱਢੋ। ਸਹੁਰੇ ਤੇ ਗਗਨ ਨੂੰ ਫੋਨ ਲਾ ਕੇ ਦੱਸ। ਨਾ ਫੋਨ ਨਹੀਂ ਕਰਨਾ, ਮੈਂ ਆਪ ਜਾ ਕੇ ਦੱਸੂਗਾ, ਸਰਪ੍ਰਾਈਜ਼ ਦਊਂਗਾ। ਤੂੰ ਮੰਮੀ ਆਇਆ ਕਰ, ਫਟਾਫਟ ਮੇਰੇ ਕੱਪੜੇ ਕੱਢ। ਹੁਣੇ ਕਰਦੀ ਆ ਪੁੱਤ। ਉਹ ਮੇਰੇ ਦੱਸ ਲੱਗਾ, ਉਹ ਮੇਰੇ ਦੱਸ ਲੱਗਾ, ਉਹ ਮੇਰੇ ਦੱਸ ਲੱਗਾ, ਉਹ ਮੇਰੇ ਦੱਸ ਲੱਗਾ।